ਹਾਂਜੀ ਵਾਇਗੁਰਜੀ ਦਾ ਖਾਲਸਾ ਵਾਇਗੁਰਜੀ ਕੀ ਫਤ ਤੇ ਜਿਹੜੀਆਂ ਵੀ ਮੀਡੀਆ ਤੇ ਖਬਰਾਂ ਆ ਰਹੀਆਂ ਹੁਣ ਥੋੜਾ ਇੰਟਰਨੈਟ ਚੱਲਿਆ ਮੈਂ ਤਾਂ ਵੀਡੀਓ ਬਣਾਉਣ ਲੱਗਾ ਜਿਹੜੀਆਂ ਵੀ ਮੀਡੀਆ ਤੇ ਖਬਰਾਂ ਆ ਰਹੀਆਂ ਵੀ ਗ੍ਰਿਫਤਾਰੀ ਨਹੀਂ ਹੋਈ ਸਸਪੈਂਸ ਆ ਇਹ ਬਿਲਕੁਲ ਝੂਠਿਆ ਅਸੀਂ ਥੋੜੀ ਦੇਰ ਪਹਿਲਾਂ ਸ਼ਾਹਕੋਟ ਥਾਣੇ ਗਏ ਸੀਗੇ ਉੱਥੋਂ ਕੁਝ ਬੰਦਿਆਂ ਤੋਂ ਪਤਾ ਲੱਗਾ ਕਿ ਦੁਪਹਿਰ 3 ਵਜੇ ਭਾਈ ਅਮਰਪਾਲ ਸਿੰਘ ਨੂੰ ਠਾਹ ਸ਼ਾਹਕੋਟ ਥਾਣੇ ਤੋਂ ਲੈ ਕੇ ਗਏ ਆ ਹੁਣ ਕੋਈ ਜ਼ਿਲੰਦਰ ਦਾ ਕਹਿ ਰਿਹਾ ਕੋਈ ਕਜੇ ਦਾ ਕਹਿ ਰਿਹਾ ਤੇ ਇਹ ਭਾਈ ਸਾਹਿਬ ਨੂੰ ਪੰਜਾਬ ਤੋਂ ਬਾਹਰ ਲਿਜਾਣ ਦੀ ਕੋਈ ਇਹ ਸਾਜ਼ਿਸ਼ ਆ ਵੀ ਅਸੀਂ ਮਤਲਬ ਬਾਹਰ ਲਿਜਾਵਾਂਗੇ ਪੰਜਾਬ ਚੋਂ ਜਾਂ ਤੇ ਬਿਸ਼ਨੋਈ ਗੈਂਗ ਦੇ ਦਵਾਲੇ ਕਰਦੇ ਹਵਾਲੇ ਕਰ ਦੇਣਗੇ ਜਾਂ ਫਿਰ ਭਾਈ ਸਾਹਿਬ ਨੂੰ ਜਾਣ ਪੁੱਜ ਕੇ ਪਕੌੜਾ ਕਰਾਰ ਕਰਨਗੇ ਵੀ ਤੁਹਾਨੂੰ ਲੱਭਾ ਨਹੀਂ ਲੱਭਾ ਨਹੀਂ ਪਕੌੜਾ ਕਰਾਰ ਕਰਨਗੇ ਮੁੜ ਕੇ ਗੋਲੀ ਦਾ ਆਰਡਰ ਦੇਣਗੇ ਤੇ ਫਿਰ ਜੋ ਆਪਾਂ ਨੂੰ ਪਤਾ ਆ ਗਿਆ ਝੂਠੇ ਐਨਕਾਊਂਟਰ ਕਰਦੇ ਉਹ ਕਰਨਗੇ ਇਹ ਹੀ ਸਕੀਮ ਹੈ ਇਹਨਾਂ ਦੀ ਬਾਕੀ ਸ਼ਾਹਪੋਟ ਥਾਣੇ ਦੇ ਵਿੱਚੋਂ ਭਾਈ ਸਾਹਿਬ ਨੂੰ ਲੈ ਕੇ ਪਾ ਕੇ ਗਿਆ ਦੁਪਹਿਰੇ 3 ਵਜੇ ਇਸ ਗੱਲ ਦੀ ਖਬਰ ਦੀ ਪੁਸ਼ਟੀ ਹੋਈ ਅਸੀਂ ਆਪ ਜਾ ਕੇ ਉੱਥੇ ਪਤਾ ਕੀਤਾ ਸ਼ਾਹਕੋਟ ਪਹੁੰਚੇ ਬੜੇ ਔਖੇ ਬਹੁਤ ਪੁਲਿਸ ਲੱਗੀ ਸੀ ਨੰਗਨ ਹੀ ਦਿੰਦੀ ਪੱਗ ਦੇਖ ਕੇ ਤਾਂ ਪਹਿਲਾਂ ਰੋਕ ਲੈਂਦੀ ਸੀ ਦਸਤਾਰ ਵਾਲੇ ਬੰਦੇ ਨੂੰ ਅਸੀਂ ਪਿੰਡੋਂ ਪਿੰਡੀ ਗਏ ਸੀ ਗੱਲ ਇਹ ਆ ਵੀ ਮੀਡੀਆ ਦੇ ਖਬਰਾਂ ਬਿਲਕੁਲ ਝੂਠੀਆਂ ਉਹਦਾ ਕੋਈ ਯਕੀਨ ਨਾ ਕਰਿਓ ਅਮਰਤਪਾਲ ਸਿੰਘ ਨੂੰ ਗ੍ਰਿਫਤਾਰ ਵੀ ਕਰ ਲਿਆ ਗਿਆ ਆ ਜੀ ਦੁਪਹਿਰ 3 ਵਜੇ ਸ਼ਾਹਕੋਟ ਥਾਣੇ ਤੋਂ ਚਸ਼ਮਦੀਦ ਦੱਸ ਦਿਆ ਵੀ ਲੈ ਕੇ ਗਏ ਆ ਪੁਲਿਸ ਵਾਲੇ ਉੱਥੋਂ ਕੱਢ ਕੇ ਹੁਣ ਜਲੰਧਰ ਲੈ ਗਏ ਆ ਕੋਈ ਕਹਿੰਦਾ ਕੋਈ ਕਹਿੰਦਾ ਕਿੱਥੇ ਲੈ ਗਏ ਆ ਪਰ ਲੈ ਗਏ ਆ ਪੁਲਿਸ ਵਾਲ ਅਸੀਂ ਉੱਥੇ ਹੀ ਸ਼ਾਹਕੋਟ ਥਾਣੇ ਤੋਂ ਹੱਲੇ ਹੁਣੇ ਆਏ ਆ ਅਸੀਂ ਸੀਆਰਪੀਐਫ ਤੋਂ ਬਚਦੇ-ਬਚਦੇ ਪਿੰਡਾਂ ਦੇ ਵਿੱਚ ਦੀ ਅਸੀਂ ਆਪਦੇ ਘਰ ਪਹੁੰਚੇ ਆ ਗੱਲ ਕੀ ਆ ਵੀ ਤੱਕਾ ਛਰੇ ਆਵਾ ਜੀ ਹੁਣ ਆਪਾਂ ਨੂੰ ਥੋੜਾ ਜਿਹਾ ਐਕਸ਼ਨ ਲੈਣਾ ਪੈਣਾ ਕੱਲ ਨੂੰ ਪੂਰੇ ਪੰਜਾਬ ਨੂੰ ਕਿਨਾਂ ਇੱਕ ਵਾਰੀ ਜਾਮ ਕਰਕੇ ਰੱਖਦੇਓ ਵੀ ਜਿਹੜਾ ਆਪਾਂ ਉਸ ਚੀਜ਼ ਦਾ ਮਤਲਬ ਲੈ ਸਕੀਏ ਜੇ ਆਪਾਂ ਹੁਣ ਨਾ ਨਾ ਛਡਾਇਆ ਸਿੰਘ ਨੂੰ ਤੇ ਔਖਾ ਹੋਊਗਾ ਕੰਮ ਆਪਣਾ ਬਾਬਾ ਦੀਪ ਸਿੰਘ ਜੀ ਪੁੰਡਾ ਸਾਹਿਬ ਵਾਲੇ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਜੀ ਤੇ ਹਾਂਜੀ ਇਹ ਹੀ ਗੱਲਾਂ ਵੀ ਥੋੜਾ ਜਿਹਾ ਇੰਟਰਨੈਟ ਕਨੈਕਸ਼ਨ ਆਇਆ ਵਾ ਤੇ ਮੈਂ ਇਹ ਹੀ ਸੋਚਿਆ ਵੀ ਪਹਿਲਾਂ ਆਪਾਂ ਸਿੰਘਾਂ ਦਾ ਖਬਰ ਪਹੁੰਚਾ ਦਈਏ ਵੀ ਸ਼ਾਹਕੋਟ ਥਾਣੇ ਤੋਂ ਦੁਪਹਿਰੇ 3 ਵਜੇ ਬਾਅਦ ਦੁਪਹਿਰ ਲੈ ਗਏ ਸੀ ਭਾਈ ਸਾਹਿਬ ਨੂੰ ਤੇ ਗ੍ਰਿਫਤਾਰ ਕੀਤਾ ਗਿਆ ਗੁਰਦੁਆਰਾ ਬਲੰਦਪੁਰ ਸਾਹਿਬ ਉਥੋਂ ਠੀਕ ਹੈ ਜੀ ਜਿਹੜੀ ਖਬਰ ਸਾਨੂੰ ਮਿਲੀ ਆ ਉਹ ਜਿੰਨੀ ਅਸੀਂ ਪੈਰਵਾਈ ਕੀਤੀ ਮਗਰ ਜਾ ਕੇ ਇਹ ਪਤਾ ਲੱਗਾ ਤੇ ਬਾਕੀ মিডিਆ ਦੇ ਉੱਤੇ ਖਬਰਾਂ ਬਿਲਕੁਲ ਝੂਠੀਆਂ ਤੇ ਮੈਂ ਇੱਕ ਬੇਨਤੀ ਕਰੂੰਗਾ ਜੇ ਕੋਈ ਸਿੰਘ ਮੇਰਾ ਗੱਲ ਸੁਣਦਾ ਤੇ ਤੁਹਾਡੇ ਲਾਗੇ ਕੋਈ ਪੀ.ਡੀ.ਸੀ. ਵਾਲਾ ਨਾ ਤ ਉਹਦੇ ਕੈਮਰੇ ਤੋੜ ਕੇ ਛੇਤਰ ਫੇਰੋ ਸਭ ਤੋਂ ਵੱਧ ਬਕਵਾਸ ਐ ਇਸ ਵੇਲੇ ਭਾਈ ਸਾਹਿਬ ਦੇ ਵਿਰੁੱਧ ਪੰਜਾਬ ਦੇ মিডিਆ ਚ ਪੀ.ਡੀ.ਸੀ. ਕਰ ਰਿਆ ਪੀ.ਡੀ.ਸੀ. ਵਾਲੇ ਨੇ ਇੰਨਾ ਗੰਦ ਪਾਤਾ ਨਾ ਵੀ ਛੱਡ ਗੱਲਾਂ ਤੇ ਉਹ ਇੰਨੀ ਕੁ ਜ਼ਿਆਦਾ ਭਾਈ ਸਾਹਿਬ ਦੇ ਖਿਲਾਫ ਨੈਰੇਟਿਵ ਚਲਾ ਰਹੇ ਪੂਰੇ ਦਾ ਪੂਰਾ ਇੱਕ ਸੈਸ਼ਨ ਚਲਾ ਰਹੇ ਆ ਤੇ ਲੋਕਾਂ ਨੂੰ ਗਮਰਾਹ ਕਰੀ ਜਾਂਦੇ ਆ ਭਾਈ ਸਾਹਿਬ ਨੂੰ ਜਾਂਦਾ ਜਲੰਧਰ ਲੈ ਗਿਆ ਜਾਂ ਪੰਜਾਬ ਚੋਂ ਬਾਹਰ ਕੱਢਣ ਦੀ ਤਿਆਰੀ ਆ ਇਹੋ ਵੀ ਸੀਨ ਐ ਇਹਨਾਂ ਦਾ ਇਹ ਵੀ ਹੋ ਸਕਦਾ ਵੀ ਜਿਵੇਂ ਪਹਿਲਾਂ ਗੱਲ ਦੱਸੀ ਵੀ ਭਾਈ ਸਾਹਿਬ ਨੂੰ ਹੁਣ ਪਹਿਲਾਂ ਪਕੌੜਾ 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 ਕਰਾਰ ਦੇਈ ਜਾਣਗੇ ਵੀ ਨਿਕਲ ਗਿਆ ਨਿਕਲ ਗਿਆ ਮੁੜ ਕੇ ਗੋਲੀ ਦਾ ਆਰਡਰ ਲੈ ਕੇ ਗੋਲੀ ਠਾਪਨ ਸਾਹਿਬ ਨੂੰ ਪਤਾ ਝੂਠੇ ਇਨਕਾਊਂਟਰ ਚ ਕੀ ਕਰਦੇ ਮਹਾਰਾਜਾ ਕਿਰਪਾ ਕਰਨ ਵੀ ਇਹੋ ਜਿਹਾ ਕੁਝ ਨਾ ਹੀ ਹੋਵੇ ਤੇ ਅਰਦਾਸ ਕਰੋ ਸਾਰੇ ਸਿੰਘ ਵੀ ਭਾਈ ਸਾਹਿਬ ਚੜ੍ਹਦੀ ਕਲਾ ਚ ਹੋਣ ਬਾਕੀ ਸਵੇਰ ਨੂੰ ਦੇਖਦੇ ਹਾਂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ